ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਅਤੇ ਸਾਰੇ ਸਾਡੇ ਦੇਸ਼ ਦੇ ਵਾਸੀਆਂ ਨੂੰ ਔਰ ਆਲ ਵਰਲਡ ਦੇ ਉੱਤੇ ਜਿੰਨੇ ਵੀ ਸਾਨੂੰ ਦੇਖ ਰਹੇ ਨੇ ਸਾਰਿਆਂ ਨੂੰ ਅਸੀਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ। ਸੋ ਅੱਜ ਪਿੰਡ ਰਾਏਪੁਰ ਟੂ ਜ਼ਿਲ੍ਹਾ ਮਾਨਸਾ ਦੇ ਸਮੁੱਚੇ ਕਿਸਾਨਾਂ ਵੱਲੋਂ ਅੱਜ ਲੋਹੜੀ ਉੱਤੇ ਜੋ ਮੋਦੀ ਦੇ ਕਾਲੇ ਕਾਨੂੰਨ ਨੇ ਜਿਹੜੇ ਖੇਤੀਬਾੜੀ ਦੇ ਆਰਡੀਨੈਂਸ ਜਾਰੀ ਕੀਤੇ ਨੇ ਸਾਡੀ ਭਾਰਤੀ ਸਰਕਾਰ ਨੇ, ਅਸੀਂ ਉਸ ਦੇ ਖਿਲਾਫ਼ ਜਿਹੜੀਆਂ ਕਾਲੇ ਕਾਨੂੰਨ ਦੀਆਂ ਕਾਪੀਆਂ ਨੇ ਉਹ ਅੱਜ ਸਾੜ ਕੇ ਅਸੀਂ ਲੋਹੜੀ ਮਨਾ ਰਹੇ ਹਾਂ। ਪਵਿੱਤਰ ਲੋਹੜੀ ਦੇ ਤਿਉਹਾਰ 'ਤੇ ਅੱਜ ਅਸੀਂ ਕਿੱਥੇ ਲੋਹੜੀ ਦੇ ਉੱਤੇ ਦਲਿੱਦਰ ਕੱਢਿਆ ਜਾਂਦਾ, ਜਿੱਥੇ ਤਿਲਾਂ ਦਾ ਦਲਿੱਦਰ ਵੀ ਨਾਲ ਕੱਢਾਂਗੇ ਅਤੇ ਨਾਲ ਅਸੀਂ ਅੱਜ ਉਸ ਦਲਿੱਦਰ ਦੇ ਨਾਲ ਨਾਲ ਅੱਜ ਮੋਦੀ ਦੀਆਂ ਕਾਪੀਆਂ ਦਾ ਦਲਿੱਦਰ ਵੀ ਕੱਢਣਾ, ਜਿਹੜੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾਡੇ 'ਤੇ ਕਾਲੇ ਕਾਨੂੰਨ ਥੋਪੇ ਨੇ। ਕਿਉਂਕਿ ਮੈਂ ਮੋਦੀ ਨੂੰ ਕਹਿਣਾ ਚਾਹੁੰਦਾ, ਉਸ ਸਮੇਂ ਦੇ ਵਕਤ ਦਾ ਹਾਕਮ ਹੈ, ਕਦੇ ਉਸ ਵਕਤ ਦੇ ਹਾਕਮ ਔਰੰਗਜ਼ੇਬ ਨੇ ਵੀ ਉੱਥੇ ਜ਼ੁਲਮ ਢਾਇਆ ਦਿੱਲੀ ਦੇ, ਮਤਲਬ ਕਿ ਤਖ਼ਤ ਦੇ ਉੱਤੇ ਬਹਿ ਕੇ, ਅੱਜ ਉਸੇ ਤਖ਼ਤ ਦੇ ਉੱਤੇ ਨਰਿੰਦਰ ਮੋਦੀ ਜੋ ਮਾਣਯੋਗ ਸਾਡੇ ਪ੍ਰਧਾਨ ਮੰਤਰੀ ਆ, ਲੋਕਾਂ ਦੁਆਰਾ ਚੁਣਿਆ ਗਿਆ, ਉਹ ਵਕਤ ਦਾ ਹਾਕਮ ਹੋਣ ਦੇ ਬਾਵਜੂਦ ਅੱਜ ਕਹਿਰ ਢਾ ਰਿਹਾ। ਮੈਂ ਉਸ ਨੂੰ ਇੱਕ ਸ਼ੇਅਰ ਰਾਹੀਂ ਕਹਿਣਾ ਚਾਹੁੰਦਾ ਕਿ ਤੂੰ ਹਾਕਮ ਵਕਤ ਦਾ ਏ, ਤੈਂ ਕੀ ਨਹੀਂ ਕੀਤਾ ਅਤੇ ਤੈਥੋਂ ਕੀ ਨਹੀਂ ਹੋਣਾ। ਤੂੰ ਹਾਕਮ ਵਕਤ ਦਾ ਏ, ਤੈਂ ਕੀ ਨਹੀਂ ਕੀਤਾ ਅਤੇ ਤੈਥੋਂ ਕੀ ਨਹੀਂ ਹੋਣਾ। ਮੋਦੀ ਆ, ਜੇ ਤੂੰ ਕਿਸਾਨਾਂ ਦੇ ਖੂਨ ਦੀ ਮੰਗ ਕਰਦਾ, ਤੈਨੂੰ ਇੰਨਾ ਦੇ ਦਿਆਂਗੇ ਕਿ ਮਿੱਤਰਾ ਤੈਥੋਂ ਪੀ ਨਹੀਂ ਹੋਣਾ, ਕਿ ਮਿੱਤਰਾ ਤੈਥੋਂ ਪੀ ਨਹੀਂ ਹੋਣਾ। ਸੋ ਸਾਡੇ 70 ਕਿਸਾਨ ਉੱਥੇ ਸ਼ਹਾਦਤਾਂ ਵੀ ਦੇ ਚੁੱਕੇ ਨੇ। ਸੋ ਅਸੀਂ ਮੋਦੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਕਾਨੂੰਨ ਆ ਜਿਹੜੇ ਕਾਲੇ ਕਾਨੂੰਨ ਵਾਪਸ ਲੈ ਕੇ ਤੂੰ ਕਿਸਾਨਾਂ ਦੀ ਭਲਾਈ ਸੋਚ, ਕਿਉਂਕਿ ਜੇ ਕਿਸਾਨ ਹੀ ਨਾ ਰਹੇ ਤਾਂ ਨਾ ਅਨਾਜ ਰਹਿਣਾ, ਨਾ ਕੋਈ ਛੋਟਾ ਮੋਟਾ ਦੁਕਾਨਦਾਰ ਰਹਿਣਾ, ਨਾ ਕੋਈ ਕਾਰੋਬਾਰੀ, ਹੋਰ ਜਿਹੜੇ ਛੋਟੇ ਮੋਟੇ ਕਾਰੋਬਾਰੀ ਨੇ ਉਹ ਸਾਰੇ ਖਤਮ ਹੋ ਜਾਣਗੇ, ਨਾ ਕੋਈ ਕਿਰਤੀ ਰਹਿਣਾ, ਨਾ ਕੋਈ ਮਜ਼ਦੂਰ ਰਹਿਣਾ। ਸੋ ਮੋਦੀ ਸਾਹਿਬ, ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਓ ਤਾਂ ਜੋ ਕਿ ਸਾਡੇ ਦੇਸ਼ ਦੀ ਜਿਹੜੀ ਆਰਥਿਕ ਵਿਵਸਥਾ ਖੇਤੀ 'ਤੇ ਚੱਲਦੀ ਹੈ ਉਹ ਚੱਲਦੀ ਰਹੇ। ਸੋ ਮੋਦੀ ਸਰਕਾਰ, ਮੋਦੀ ਸਰਕਾਰ, ਕਾਲੇ ਕਾਨੂੰਨ, ਕਾਲੇ ਕਾਨੂੰਨ, ਕਿਸਾਨ ਮਜ਼ਦੂਰ ਰੇਖਤਾ, ਕਿਸਾਨ ਮਜ਼ਦੂਰ ਰੇਖਤਾ।